ਹੋਰ ਕੋਈ ਕਮੀ ਨੀ ਜਿਹੜੀ ਲੋਕ ਕਹਿੰਦੇ ਆ ਨਾ ਵੀ ਇਹ ਸੁੱਖਾ ਪੀਂਦੇ ਆ, ਸੁੱਖਾ ਪੀਣਾ ਕੋਈ ਕਮੀ ਨੀ ਸਾਡੀ, ਚਟੰਗੇ ਝਟਕਾਨੇ ਆ ਸਾਡੀ ਕੋਈ ਕਮੀ ਨੀ, ਸਾਡੀ ਪਰੰਪਰਾ। ਪਰ ਏਦਾਂ ਹੁਣ ਸਾਰੇ ਕੰਮ ਤਾਂ ਇੱਕ ਬੰਦਾ ਨੀ ਕਰਦਾ ਹੁੰਦਾ, ਸਾਰੇ ਕੰਮ ਤਾਂ ਇੱਕ ਬੰਦਾ ਨੀ, ਜਿਹੜੇ ਕੰਮ ਨਿਹੰਗ ਸਿੰਘ ਕਰਦੇ ਆ ਤੁਸੀਂ ਕਰ ਲਓ। ਆ ਮੈਨੂੰ ਕਈ ਵੀ ਕਹਿੰਦੇ ਨਿਹੰਗ ਸਿੰਘ ਏਦਾਂ ਮਸਤਾਨੇ ਦਵਾਉਂਦੇ ਹੁੰਦੇ ਆ, ਮੈਂ ਕਿਹਾ ਤੁਸੀਂ ਤਾਂ ਬੜੇ ਸੋਹਣੇ ਚਿੱਟੇ ਚੋਲੇ ਪਾਏ, ਤੁਸੀਂ ਘੋੜੇ ਤੇ ਚੜ ਜਾ ਕਰੋ, ਲੈ ਲਓ ਘੋੜੇ, ਪਤਾ ਲੱਗੇ ਨਾ ਵੀ ਘੋੜੇ ਦੇ ਕੋਲ ਕਿਵੇਂ ਸੋਈਦਾ ਮੱਛਰਾਂ ਜਲਾਤ ਨੂੰ। ਮੇਰੀ ਬੇਨਤੀ ਹੈ ਕਿ ਖਾਲਸਾ ਜੀ ਵਰਤਮਾਨ ਸਮੇਂ ਵਿੱਚ ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗਵਾਈ ਵਿੱਚ, ਪੰਥਕ ਮਰਿਆਦਾ ਵਿੱਚ, ਔਰ ਜਿਹੜਾ ਵਾਇਰਸ 1849 ਤੋਂ ਬਾਅਦ ਸਿੱਖ ਲਿਟਰੇਚਰ 'ਚ ਪਿਆ ਹੈ ਉਹਨੂੰ ਕੱਢ ਕੇ ਸੋਚਣਾ ਪੈਣਾ, ਅਤੇ ਫਿਰ ਆਪਣਾ ਕੰਪਿਊਟਰ ਠੀਕ ਹੋਣਾ, ਨਹੀਂ ਤਾਂ ਵਿੱਚ ਉਹੀ ਦਿੱਕਤ ਆਈ ਵਾਇਰਸ ਨੇ, ਤੁਹਾਨੂੰ ਟਿਕਣ ਨਹੀਂ ਦੇਣਾ, ਕਿੰਤੂ ਪਰੰਤੂ ਰਹਿਣੇ ਰਹਿਣੇ। ਪੁਰਾਤਨ ਸਿੰਘਾਂ ਵਿੱਚ ਜਿਹੜਾ ਟਿਕਾਅ ਸੀ, ਜਿਹੜਾ ਆਨੰਦ ਸੀ, ਜਿਹੜਾ ਖੇੜਾ ਸੀ, ਜਿਹੜੀ ਚੜ੍ਹਦੀ ਕਲਾ ਸੀ, ਉਹਨੂੰ ਪਛਾਣਨ ਲਈ ਆਪਣੀ ਜਿੱਦ ਛੱਡੀਏ, ਪੁਰਾਤਨ ਵਿਰਸੇ ਨਾਲ ਜੁੜੀਏ ਤਾਂ ਜਨਮ ਸਫਲਾ ਹੋਵੇਗਾ।